ਪੰਜਾਬ ਵਿਧਾਨ ਸਭਾ ਚ ਅੱਜ ਬਜਟ ਪੇਸ਼ ਕੀਤਾ ਗਿਆ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਿਟਾਰੇ ਚ ਕਿਸਾਨਾਂ ਦੀ ਮੁਫਤ ਬਿਜਲੀ ਲਈ 8969 ਕਰੋੜ ਰੁਪਏ ਰੱਖੇ ਗਏ ਗੰਨਾ ਉਤਪਾਦਕ ਕਿਸਾਨਾਂ ਲਈ 355 ਕਰੋੜ ਰੁਪਏ ਡੇਰੀ ਲਈ 20 ਕਰੋੜ ਰੁਪਏ ਸਨਤਾਂ ਨੂੰ 1513 ਕਰੋੜ ਰੁਪਏ ਦੀ ਸਬਸਿਦੀ ਪੈਟਰੋਲ ਤੇ ਡੀਜ਼ਲ ਤੇ ਵੈਟ ਘਟਾਇਆ ਗਿਆ ਪੰਜਾਬ ਚ 15 ਨਵੀਆਂ ਆਈਟੀਆਈ ਉਸਾਰੀਆਂ ਜਾਣਗੀਆਂ ਯੂਨੀਵਰਸਿਟੀਆਂ ਲਈ ਫੰਡਾਂ ਚ ਵੀ 6 ਫੀਸਦੀ ਦਾ ਵਾਅਦਾ ਕੀਤਾ ਗਿਆ ਧਰਮੇ ਜੇਤੂ ਖੜਾਰੀਆਂ ਲਈ ਸਰਕਾਰ ਨੇ 18 ਕਰੋੜ ਰੁਪਏ ਦਾ ਐਲਾਨ ਕੀਤਾ ਖੇਡ ਸਟੇਡੀਅਮ ਬਣਾਉਣ ਲਈ 43 ਕਰੋੜ ਲੁਧਿਆਣਾ ਚ 15 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਬੱਚਿਆਂ ਦੇ ਹੌਸਟਲ ਦੀ ਸਹੂਤਾ ਵਾਲਾ ਸਕੂਲ ਬਣਾਇਆ ਜਾਵੇਗਾ ਬਰਨਾਲਾ ਤੇ ਮਾਨਸਾ ਚ 31.14 ਕਰੋੜ ਦੀ ਲਾਗਤ ਨਾਲ ਵਿਰਧ ਆਸ਼ਰਮ ਤਿਆਰ ਕੀਤਾ ਜਾਵੇਗਾ। 100 ਕਰੋੜ ਰੁਪਏ ਦੀ ਆਸ਼ੀਰਵਾਦ ਸਕੀਮ ਲਈ ਤਜਵੀਜ਼ ਰੱਖੀ ਗਈ। ਵਿਧਵਾਵਾਂ ਤੇ ਤਲਾਕਸ਼ੁਦਾ ਔਰਤਾਂ ਦੇ ਵਿਆਹ ਤੇ 21000 ਰੁਪਏ ਦਿੱਤੇ ਜਾਣਗੇ। ਵਜੀਫਾ ਸਕੀਮਾਂ ਲਈ 938.71 ਕਰੋੜ ਰੁਪਏ ਅਲਾਟ ਕੀਤੇ ਗਏ। ਪਿੰਡੂ ਆਵਾਸ ਯੋਜਨਾ ਲਈ 20 ਕਰੋੜ, ਮਨਰੇਗਾ ਲਈ 500 ਕਰੋੜ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਜੂਮ ਵਿਕਸਿਤ ਕਰਨ ਲਈ 296 ਕਰੋੜ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ 200 ਕਰੋੜ ਦੀ ਤਜਵੀਜ਼ ਰੱਖੀ ਗਈ ਜਲਿਆਂਵਾਲਾ ਬਾਗ ਦੀ ਸਤਾਬਦੀ ਲਈ 5 ਕਰੋੜ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਵਿਕਾਸ ਲਈ ਬਣਾਈ ਜਾਣ ਵਾਲੀ ਡੇਰਾ ਬਾਬਾ ਨਾਨਕ ਅਥਾਰਟੀ ਲਈ 25 ਕਰੋੜ ਰੁਪਏ ਸੰਗਰੂਰ ਪਠਾਨਕੋਟ ਤੇ ਗੁਰਦਾਸਪੁਰ ਲਈ ਮੈਡੀਕਲ ਕਾਲਜ ਦਾ ਐਲਾਨ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ